ਡਾਕਟਰ ਵਿਸ਼ਵ ਰੂਪ ਰਾਏ ਚੌਧਰੀ ਦਾ ਵਿਸ਼ਾ ਹੈ ਪੜ੍ਹਨ ਦੇ ਲਈ ਦਿਮਾਗ ਦਾ ਹੁਸ਼ਿਆਰ ਹੋਣਾ। ਵਿਚਾਰ ਕਰੋ ਕਿ ਤੁਸੀਂ 6 ਦਿਨ ਬਾਅਦ ਪ੍ਰੀਖਿਆ 'ਚ ਬੈਠਣ ਜਾ ਰਹੇ ਹੋ। ਤੁਸੀਂ 5 ਵਿਸ਼ਿਆਂ ਦੀ ਤਿਆਰੀ ਕਰਨੀ। ਤੁਸੀਂ ਹੇਠ ਲਿਖਿਆਂ 'ਚੋਂ ਕਿਹੜਾ ਤਰੀਕਾ ਅਪਣਾਓਗੇ? ਤਰੀਕਾ 1, ਇੱਕ ਦਿਨ 'ਚ ਇੱਕ ਵਿਸ਼ਾ ਪੜ੍ਹਿਆ ਜਾਏ ਅਤੇ 6ਵੇਂ ਦਿਨ ਅੰਤਿਮ ਰੂਪ ਨਾਲ ਸਾਰੇ ਵਿਸ਼ੇ ਦੁਹਰਾਏ ਜਾਣ। ਤਰੀਕਾ 2, ਸਾਰੇ ਵਿਸ਼ਿਆਂ ਨੂੰ ਸੰਯੁਕਤ ਰੂਪ 'ਚ ਪੜ੍ਹਿਆ ਜਾਏ, ਜਿਵੇਂ 2 ਘੰਟੇ ਗਣਿਤ, ਫਿਰ ਅਗਲੇ 2 ਘੰਟੇ ਇਤਿਹਾਸ ਆਦਿ। ਆਓ ਵਿਸ਼ਲੇਸ਼ਣ ਕਰੀਏ ਅਤੇ ਦਿਮਾਗ ਨੂੰ ਸਮਝੀਏ। ਵਿਸ਼ਲੇਸ਼ਣ, ਜਦੋਂ ਅਸੀਂ ਕੋਈ ਖਾਸ ਵਿਸ਼ਾ ਮਤਲਬ ਗਣਿਤ ਪੜ੍ਹਦੇ ਹਾਂ, ਦਿਮਾਗ ਦਾ ਇੱਕ ਖਾਸ ਭਾਗ ਹੋਰ ਭਾਗ ਦੀ ਤੁਲਨਾ 'ਚ ਜ਼ਿਆਦਾ ਕੰਮ ਕਰਨ ਲੱਗਦਾ ਹੈ। ਜਦੋਂ ਅਸੀਂ ਇਤਿਹਾਸ ਵੱਲ ਧਿਆਨ ਦਿੰਦੇ ਹਾਂ ਤਾਂ ਦਿਮਾਗ ਦਾ ਦੂਜਾ ਭਾਗ ਕੰਮ ਕਰਨ ਲੱਗ ਜਾਂਦਾ, ਗਣਿਤ ਪੜ੍ਹਨ ਵਾਲਾ ਭਾਗ ਆਰਾਮ 'ਚ ਲੱਗ ਜਾਂਦਾ। ਇਸ ਤਰ੍ਹਾਂ ਵਿਸ਼ਾ ਬਦਲ ਕੇ ਪੜ੍ਹਨ ਨਾਲ ਦਿਮਾਗ ਦੇ ਵਿਸ਼ੇਸ਼ ਭਾਗ ਨੂੰ ਵਾਰੀ ਵਾਰੀ ਤਾਜ਼ਾ ਹੋਣ ਦਾ ਮੌਕਾ ਮਿਲ ਜਾਂਦਾ ਅਤੇ ਸਾਨੂੰ ਥਕਾਵਟ ਮਹਿਸੂਸ ਨਹੀਂ ਹੁੰਦੀ। ਨਤੀਜਾ, ਜੇਕਰ ਅਸੀਂ ਪੂਰਾ ਦਿਨ ਇੱਕ ਹੀ ਵਿਸ਼ੇ ਨੂੰ ਪੜ੍ਹੀਏ ਤਾਂ ਦਿਮਾਗ ਦੇ ਖਾਸ ਭਾਗ 'ਤੇ ਜ਼ਿਆਦਾ ਦਬਾਅ ਪੈਂਦਾ, ਜੋ ਕਿ ਕਿਸੇ ਵੀ ਹਾਲਤ ਵਿੱਚ ਬੇਲੋੜਾ ਹੈ। ਇਸ ਲਈ ਸਾਰੇ ਵਿਸ਼ਿਆਂ ਨੂੰ ਬਦਲ ਬਦਲ ਕੇ ਸੰਯੁਕਤ ਰੂਪ ਨਾਲ ਪੜ੍ਹੋ, ਜਿਵੇਂ 2 ਤੋਂ 3 ਘੰਟੇ ਗਣਿਤ ਪੜ੍ਹਨ ਤੋਂ ਬਾਅਦ ਭੂਗੋਲ, ਫਿਰ ਅਗਲੇ 2 ਘੰਟਿਆਂ 'ਚ ਹੋਰ ਵਿਸ਼ੇ। ਮਹੱਤਵਪੂਰਨ ਸੰਕੇਤ ਹੈ ਕਿ ਵਿਸ਼ਿਆਂ ਦੀ ਸੰਯੁਕਤ ਚੋਣ ਕੀਤੀ ਜਾਵੇ। ਧੰਨਵਾਦ।